ਨਜੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਚਾਇਨਾ ਡੋਰ ਨੇ ਲਈ 13 ਸਾਲਾ ਦੇ ਬੱਚੇ ਦੀ ਜਾਨ ਤਰਲੇਣਾ ਹੋ ਰਹੀ ਹੈ ਵਿਕਰੀ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਦ ਤੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂ ਜੀ ਇਸ ਵੀਡੀਓ ਦੀ ਗੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਪ੍ਰਾਪਤ ਜਾਣਕਾਰੀ ਅਸਰ ਇਹ ਮਾਮਲਾ ਜ਼ਿਲ੍ਹਾ ਰੂਪਨਗਰ ਤੋਂ ਸਾਹਮਣੇ ਹੈ ਜਿੱਥੇ ਮਾਜ਼ਰੀ ਕੋਟਲੇ ਹਾਂਗਰ ਰੋਡ ਉੱਪਰ ਇੱਕ ਬੱਚੇ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਦੇ ਆਪਣੇ ਜੁਦੂ ਇਹ 13 ਸਾਲ ਦਾ ਬੱਚਾ ਗੁਲਸ਼ਨ ਪੁੱਤਰ ਅਨਜੀਤ ਸਿੰਘ ਆਪਣੇ ਘਰ ਨੂੰ ਰੇਲਵੇ ਪੁਲ ਦੇ ਕੋਲ ਆਪਨੇ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਉਸ ਸਮੇਂ ਹੀ ਹਰਟਮੀ ਕਲਾਸ ਦੇ ਇਸ ਵਿਦਿਆਰਥੀ ਨੇ ਗਾਲ ਵਿੱਚ ਜਾਣੇ ਕੀ ਚਾਈਨਾ ਡੋਰ ਆ ਕੇ ਟਕਰਾ ਗਈ ਜਿਸ ਦੇ ਕਾਰਨ ਇਸ ਬੱਚੇ ਦਾ ਗਲਾ ਕੱਢਿਆ ਗਿਆ ਤੇ ਜਿਸ ਨੂੰ ਗੰਭੀਰ ਜ਼ਖਮੀ ਹਾਲ ਦੇ ਵਿੱਚ ਨਜ਼ਦੀਕ ਦੇ ਹਸਪਤਲ ਜਾਇਆ ਗਿਆ ਜਿੱਥੇ ਬੱਚੇ ਦਾ ਬਹੁਤ ਹੀ ਜ਼ਿਆਦਾ ਖੂਨ ਵਹਿ ਚੁੱਕਾ ਸੀ ਉਸ ਦੀ ਸਥਿਤੀ ਨੂੰ ਦੇਖ ਡਾਕਟਰਾਂ ਨੇ ਬੱਚੇ ਨੂੰ ਪੀਜੀਆਈ ਪੇਸ ਤਾ ਪਰ ਗੰਭੀਰ ਹਾਲ ਦੇ ਕਰਦੇ ਆ ਬੱਚੇ ਦੀ ਮੌਤ ਹੋ ਗਈ ਜੀ ਹਾਂ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ